ਅਫੀਕਾ ਜੀ ਮੈਂ ਅਨੁਪਦੀਪ ਪਾਲੀਵਾਨ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਇਹ ਸਾਡਾ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਖਾਸ ਕਰਕੇ ਉਹ ਬਿਮਾਰੀ ਬਾਰੇ ਜਿਹੜੇ ਕਿ ਸਾਡੇ ਘਰ ਪਰਿਵਾਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕੀ ਹੈ ਹਰ ਘਰ ਦੇ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਕੋਈ ਨਾ ਕੋਈ ਪਰਸਨ ਕੋਈ ਨਾ ਕੋਈ ਭਾਵੇਂ ਔਰਤ ਹੈ ਭਾਵੇਂ ਕੋਈ ਆਦਮੀ ਹੈ ਹਰ ਬੰਦਾ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੇਰੇ ਤਾਂ ਗੋਡੇ ਬਹੁਤ ਜ਼ਿਆਦਾ ਦੁਖਾਂ ਲੱਗੇ ਤੇ ਇੱਕ ਇਹ ਨਵਾਂ ਟ੍ਰੈਂਡ ਵੀ ਚੱਲਣਾ ਸ਼ੁਰੂ ਹੋ ਗਿਆ ਕਿ ਹਰ ਕੋਈ ਕਹਿ ਦਿੰਦਾ ਹੈ ਕਿ ਅੱਜਕੱਲ ਤਾਂ ਬੜੀਆਂ ਜਿਹੜੀਆਂ ਹੋਰ ਸੁਵਿਧਾਵਾਂ ਨੇ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਕਿ ਤੁਸੀਂ ਆਪਣੇ ਗੋਡੇ ਬਦਲੀ ਕਰਵਾ ਲਵੋ ਆ ਟ੍ਰੀਟਮੈਂਟ ਆ ਗਿਆ ਮਾਰਕੀਟ ਦੇ ਵਿੱਚ ਆ ਚੀਜ਼ਾਂ ਨੇ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸਾਡੇ ਘਰ ਪਰਿਵਾਰਾਂ ਦੇ ਵਿੱਚ ਆਮ ਵੇਖਣ ਨੂੰ ਮਿਲਦੀਆਂ ਨੇ ਇਵਨ ਜੇ ਅਸੀਂ ਘਰ ਦੇ ਵਿੱਚ ਬੈਠ ਕੇ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਇਹ ਗੱਲ ਦੀ ਸ਼ੁਰੂਆਤ ਕਰਦੇ ਹੀ ਕਰਦੇ ਹਾਂ ਕਿਉਂਕਿ ਥੋੜਾ ਜਿਹਾ ਵੀ ਕੋਈ ਆਪਾਂ ਨੂੰ ਲੰਗ ਮਾਰਦਾ ਹੋਇਆ ਨਸਰ ਆਉਂਦਾ ਹੈ ਕੋਈ ਲੱਗਦਾ ਵੀ ਕੋਈ ਜਣਾ ਗੋਡੇ ਤੇ ਹੱਥ ਰੱਖ ਕੇ ਤੁਰ ਰਿਹਾ ਜਾਂ ਕਿਸੇ ਦੀ ਚੀਜ਼ ਦੀ ਦਰਦ ਅਗੇ ਹਾਏ ਮੇਰੇ ਤਾਂ ਗੋਡਾ ਦੁਖ ਰਿਹਾ ਹਰ ਤੀਜਾ ਬੰਦਾ ਤੁਹਾਨੂੰ ਇਹ ਕਹਿੰਦਾ ਹੋਏ ਨਜ਼ਰ ਆਵੇਗਾ ਪਰ ਹੁਣ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਗੋਡੇ ਬਦਲੇ ਕਰਵਾਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਅਸੀਂ ਲੱਭ ਲਿਆ ਸੋ ਹੁਣ ਤੁਸੀਂ ਧਿਆਨ ਦੇ ਨਾਲ ਸਭ ਕੁਝ ਪ੍ਰੋਪਰ ਤਰੀਕੇ ਦੇ ਨਾਲ ਸੁਣਨਾ ਹੈ ਜਾਣਾ ਤੁਸੀਂ ਕਿਤੇ ਨਹੀਂ ਹਰ ਇੱਕ ਗੱਲ ਤੁਹਾਡੇ ਲਈ ਲਾਭ ਵਾਲੀ ਹੋਏਗੀ ਹਰ ਇੱਕ ਗੱਲ ਤੁਹਾਡੇ ਲਈ ਸੁਣਣ ਵਾਲੀ ਹੋਏਗੀ ਕਿਉਂਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇੱਕ ਡਾਕਟਰ ਸੁਨੀਲ ਕੁਮਾਰ ਜਿਹੜੇ ਕਿ ਆਯੁਰਵੈਦਿਕ ਅਤੇ ਨਾੜੀ ਪਰਖਣ ਦੇ ਮਾਹਿਰ ਨੇ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਮਿਲਦੇ ਰਹਿਣਗੇ ਸੁਨੀਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਜੀ ਤੇ ਅੱਜ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਹੁਣ ਆਪਾਂ ਡਾਕਟਰ ਸਾਹਿਬ ਨਾਲ ਜਿਹੜੇ ਸਵਾਲਾਂ ਦੀ ਚੜੀ ਹੈ ਉਹਨਾਂ ਤੇ ਆਪਾਂ ਵਰਸੌਣ ਲੱਗੇ ਆ ਤੇ ਉਹਨਾਂ ਤੋਂ ਜਿਹੜੇ ਜਵਾਬ ਹੈ ਉਹ ਜ਼ਰੂਰ ਲਵਾਂਗੇ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਹੈ ਕਿ ਹਰ ਘਰ ਦੇ ਵਿੱਚ ਜਿਹੜਾ ਗੋਡਿਆਂ ਦਾ ਦਰਦ ਹੈ ਇਹ ਰਹਿੰਦਾ ਹੀ ਰਹਿੰਦਾ ਹੈ ਹਨਾ ਕਿਉਂਕਿ ਬਜ਼ੁਰਗ ਵੀ ਹੁੰਦੇ ਨੇ ਤਾਂ ਅੱਜ ਕੱਲ ਤਾਂ ਆਪਾਂ ਕਹਿੰਦੇ ਆ ਕਿ 50 ਸਾਲ ਤੋਂ 45 ਸਾਲ ਤੋਂ ਜਿਹੜਾ ਬੰਦਾ ਟੱਪ ਗਿਆ ਕਿ ਉਹਨੂੰ ਇਹ ਬਿਮਾਰੀ ਹੈਗੀ ਹੈਗੀ ਹਨਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਆਖਿਰ ਹੈ ਕੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਨਾ ਚਾਹਨਾ ਪਿਛਲੇ ਦੋ ਪ੍ਰੋਗਰਾਮਾਂ ਨੂੰ ਤੁਸੀਂ ਬਹੁਤ ਸراہਿਆ ਉਹਦੇ ਵਿੱਚ ਬਹੁਤ ਸਾਰੇ ਐਦਾਂ ਦੇ ਸਵਾਲ ਤੁਸੀਂ ਪੁੱਛੇ ਕਿ ਗੋਡੇ ਜਿਹੜੇ ਹੈਗੇ ਬਹੁਤ ਦਰਦ ਕਰ ਰਹੇ ਆ ਬਦਲਣ ਦਾ ਟਾਈਮ ਆ ਗਿਆ ਹੈ ਡਾਕਟਰ ਬਦਲਣ ਲਈ ਕਹਿ ਰਹੇ ਆ ਜਾਂ ਪੌੜੀਆਂ ਚੜਨ ਦੇ ਵਿੱਚ ਦਿੱਕਤ ਆ ਰਹੀ ਹੈ ਖਾਸ ਕਰ ਔਰਤਾਂ ਨੂੰ ਔਰ ਜਿਹੜੀ ਇਹ ਬਿਮਾਰੀ ਹੈ ਇਸ ਬਿਮਾਰੀ ਨੂੰ ਐਲੋਪੈਥੀ ਦੇ ਵਿੱਚ ਮਾਡਰਨ ਸਾਇੰਸ ਦੇ ਵਿੱਚ ਆਸਟਿਓ ਆਰਥਰਾਇਟਸ ਕਹਿੰਦੇ ਹੈ ਤੇ ਆਯੁਰਵੇਦ ਦੇ ਵਿੱਚ ਇਹਨੂੰ ਸੰਧੀਗਤ ਵਾਤ ਕਹਿੰਦੇ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਵਾਤ ਜਿਹੜੀ ਹੈ ਉਹਦਾ ਇੱਕ ਗੁਣ ਹੁੰਦਾ ਹੈ ਖੁਸ਼ਕੀ ਪੈਦਾ ਕਰਨਾ ਤਾਂ ਵਾਤ ਜਦੋਂ ਸਰੀਰ ਦੇ ਵਿੱਚ ਵੱਧਦੀ ਹੈ ਤਾਂ ਸਾਡੇ ਜਿਹੜੇ ਜੋਇੰਟਸ ਹੈ ਉਹਨਾਂ ਦੇ ਵਿੱਚ ਇੱਕ ਕੁਸ਼ਨ ਹੁੰਦਾ ਹੈ ਅੱਜ ਮੈਂ ਤੁਹਾਨੂੰ ਇਹਦਾ ਡਿਟੇਲ ਦਿਖਾਣਾ ਖਾਸ ਕਰ ਇਹ ਨੀ ਜੋਇੰਟ ਦਾ ਡੈਮੋ ਹੈਗਾ ਨੀ ਜੋਇੰਟ ਦਾ ਮਾਡਲ ਹੈ ਕਿਉਂਕਿ ਆਸਟਿਓ ਆਰਥਰਾਇਟਸ ਲਗਭਗ 80% ਨੀਜ਼ ਦੇ ਉੱਤੇ ਇਫੈਕਟ ਕਰਦਾ ਹੈ ਸਾਰੇ-ਸਾਰੇ ਸਰੀਰ ਦਾ ਜਿਹੜਾ ਵਜ਼ਨ ਹੈਗਾ ਉਹ ਨੀਜ਼ ਚੱਕਦੇ ਆ ਇਸ ਲਈ ਜ਼ਿਆਦਾ ਜਿਹੜਾ ਅਸਰ ਹੈਗਾ ਉਹ ਨੀਜ਼ ਤੇ ਆਉਂਦਾ ਹੈ ਹੁੰਦਾ ਕੀ ਹੈ ਇਸ ਬਿਮਾਰੀ ਦੇ ਵਿੱਚ ਜਿੱਦਾਂ ਤੁਸੀਂ ਪੁੱਛਿਆ ਮੈਡਮ ਕਿ ਇਹ ਬਿਮਾਰੀ ਹੁੰਦੀ ਕੀ ਹੈ ਦੇਖੋ ਸਾਡਾ ਇਹ ਗੋਡ ਗਿਫਟਡ ਜਿਹੜਾ ਨੀ ਹੈਗਾ ਇਹਦੇ ਵਿੱਚ ਜਿਹੜਾ ਬਲੂ ਕਲਰ ਹੈਗਾ ਇਹ ਕਾਰਟੀਲੇਜ ਹੈ ਇਹਨੂੰ ਕੁਸ਼ਨ ਕਹਿੰਦੇ ਜੀ ਇਹ ਕੁਸ਼ਨ ਹੈ ਜੋ ਦੋਨੇ ਹੱਡੀਆਂ ਨੂੰ ਆਪਸ ਦੇ ਵਿੱਚ ਰੱਬ ਹੋਣ ਤੋਂ ਬਚਾਉਂਦਾ ਹੈ ਹੱਡੀਆਂ ਦੇ ਉੱਪਰ ਇਸ ਤਰੀਕੇ ਨਾਲ ਮੂਵ ਕਰਦੀ ਹੈਗੀ ਤਾਂ ਹੁਣ ਜਦੋਂ ਵਾਧ ਦੇ ਵਧਨ ਕਾਰਨ ਨਿਊਟ੍ਰੀਸ਼ਨ ਦੀ ਕਮੀ ਕਾਰਨ ਜੀ ਇਹ ਜਿਹੜਾ ਕੁਐਸ਼ਨ ਹੈ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕੀ ਹੈਗਾ ਸਾਈਨੋਵિયલ ਫਲੂਇਡ ਹੈ ਜਿਹਨੂੰ ਆਯੁਰਵੇਦ ਕਫ ਕਹਿੰਦਾ ਹੈਗਾ ਤਾਂ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਸੁੱਕਦਾ ਤਾਂ ਹੱਡੀਆਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਰਗੜ ਖਾਣਾ ਸ਼ੁਰੂ ਕਰ ਦਿੰਦੀਆਂ ਇਸ ਲਈ ਆਵਾਜ਼ ਕੜਕੜ ਦੀ ਆਵਾਜ਼ ਹਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਰਗੜ ਖਾਂਦੀਆਂ ਨੇ ਤਾਂ ਹੱਡੀਆਂ ਦੀ ਇੰਜਰੀ ਸਟਾਰਟ ਹੁੰਦੀ ਹੈ ਔਰ ਨਾਲ ਦੀ ਨਾਲ ਇੱਥੇ ਹੱਡੀਆਂ ਦੀ ਸੋਜਿ ਸਟਾਰਟ ਹੋ ਜਾਂਦੀ ਹੈ ਜਦੋਂ ਵੀ ਇਹ ਕੁਸ਼ਨ ਸੁਕੇਗਾ ਹੱਡੀਆਂ ਦੀ ਸੋਜਿ ਸਟਾਰਟ ਹੋਏਗੀ ਤਾਂ ਕਿਸੇ ਨੂੰ ਵੀ ਖੜੇ ਹੋਣਾ ਜਾਦਾ ਚੱਲਣਾ ਪੌੜੀਆਂ ਚੜ੍ਹਨਾ ਪੈਰਾਂ ਦੇ ਪਰ ਬੈਠਣਾ ਇਹ ਸਾਰੀਆਂ ਜਿਹੜੀਆਂ ਮੂਵਮੈਂਟਸ ਹੋਣਗੀਆਂ ਉਹ ਰੈਸਟ੍ਰਿਕਟ ਹੋ ਜਾਣਗੀਆਂ ਰੁਕ ਜਾਣਗੀਆਂ ਦਰਦ ਕਰਨਗੀਆਂ ਔਰ ਪੇਸ਼ੈਂਟ ਹੌਲੀ 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 ਇਸ ਬਿਮਾਰੀ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਆ ਜਾਂਦਾ ਹੈ ਕਿ ਦੋਨੋਂ ਹੱਡੀਆਂ ਜਿਹੜੀਆਂ ਨੇ ਜਦੋਂ ਕੁਸ਼ਨ ਸੁੱਕ ਗਿਆ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਜਦੋਂ ਇਹ ਕੁਸ਼ਨ ਸੁਕੇਗਾ ਤਾਂ ਇਹ ਹੱਡੀ ਆਪਸ ਦੇ ਵਿੱਚ ਜੁੜਨੀ ਸ਼ੁਰੂ ਹੋ ਜਾਏਗੀ ਔਰ ਫਾਈਨਲ ਜਦੋਂ ਜੁੜ ਜਾਂਦੀ ਹੈਗੀ ਹੈ ਫਿਰ ਇਸ ਦਾ ਇਲਾਜ ਆਪਰੇਸ਼ਨ ਹੀ ਬਚਦਾ ऑपरेशन ਦੇ ਨਾਲ ਇਸ ਚੀਜ਼ ਨੂੰ ਦੁਆਰਾ ਖੋਲ ਕੇ ਇੱਥੇ ਕੁਸ਼ਨ ਬਿਠਾਇਆ ਜਾਂਦਾ ਹੈ ਜੋ ਕਿ ਆਰਟੀਫੀਸ਼ੀਅਲ ਹੁੰਦਾ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਮਾਡਰਨ ਦੇ ਯੁੱਗ ਦੇ ਵਿੱਚ ਕੀ ਗੋਡੇ ਚੇਂਜ ਕਰਵਾ ਲਏ ਗਏ ਹਨ ਲੇਕਿਨ ਇਸ ਚੀਜ਼ ਨੂੰ ਬਚਾਨ ਦੇ ਲਈ ਬਹੁਤ ਸਾਰੇ ਸਾਧਨ ਉਪਲਬਧ ਹੈ ਮੈਂ ਨਹੀਂ ਕਹਿੰਦਾ ਕਿ ਬਹੁਤ ਜਲਦੀ ਇਹ ਰਿਕਵਰ ਹੁੰਦਾ ਹੈ ਲੇਕਿਨ ਰਿਕਵਰੀ ਹੋ ਜਾਂਦੀ ਹੈ ਐਟ ਲੀਸਟ ਪੇਸ਼ੈਂਟ ਨੂੰ ਐਨਾ ਪੋਜੀਸ਼ਨ ਵਾਪਸ ਆ ਜਾਂਦੀ ਹੈ ਕਿ ਉਹ ਜ਼ਿੰਦਗੀ ਆਰਾਮ ਨਾਲ ਜੀ ਸਕਦਾ ਹੈ ਤੇ ਇਹਦੇ ਵਿੱਚ ਆਪਾਂ ਨੇ ਦੇਖਣਾ ਕੀ ਹੈ ਕਿ ਇਹ ਜਿਹੜਾ ਕੁਸ਼ਨ ਹੈਗਾ ਇਸ ਦੀ ਲੂਬ੍ਰੀਕੇਸ਼ਨ ਬਣੀ ਰਹੇ ਜੀ ਤੇ ਇਹ ਸਪੈਸ਼ਲ ਅੱਜ ਦੇ ਘੜੀ ਅੱਧੀ ਜਦ ਕੀ ਇਹ ਬਿਮਾਰੀ ਜਿਹੜੀ ਹੈਗੀ ਹੈ ਨਾਰਮਲੀ ਅਗਰ ਕਿਤਾਬਾਂ ਚ ਪੜਦੇ ਆ ਤਾਂ ਇਹਨੂੰ ਡੀਜਨਰੇਸ਼ਨ ਚੇਂजेस ਕਹਿੰਦੇ ਹੈਗੇ ਜੋ ਕਿ 65 ਸਾਲ ਤੋਂ ਬਾਅਦ ਮੰਨੀ ਜਾਂਦੀ ਹੈ ਜੀ ਪਰ ਅੱਜ ਦੇ ਸਮਾਜ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਹ ਬਿਮਾਰੀ 30 35 ਸਾਲ ਦੀ ਏਜ ਦੀਆਂ ਲੇਡੀਜ਼ ਨੂੰ ਵੀ ਮਿਲ ਰਹੀ ਹੈ ਬਿਕੋਜ਼ ਸਾਡੀ ਜਿਹੜੀ ਡਾਈਟ ਹੈਗੀ ਹੈ ਉਹਦੇ ਵਿੱਚ ਬਹੁਤ ਸਾਰਾ ਇਸ ਤਰ੍ਹਾਂ ਦਾ ਖਾਣਾ ਅਸੀਂ ਖਾ ਰਹੇ ਹਾਂ ਜਿਹਦੇ ਵਿੱਚ ਲੂਬ੍ਰੀਕੇਸ਼ਨ ਦੀ ਕਮੀ ਆ ਰਹੀ ਹੈਗੀ ਜੀ 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 ਇਸ ਦਾ ਰੀਜ਼ਨ ਹੈ ਕਿ ਇਹ ਬਿਮਾਰੀ ਸਾਡੇ ਸਮਾਜ ਚ ਬਹੁਤ ਹੀ ਵੱਡੇ ਪੈਮਾਨੇ ਤੇ ਫੈਲ ਰਹੀ ਹੈ ਜੀ ਤੁਸੀਂ ਗੱਲ ਕੀਤੀ ਕਿ ਜੜੀ ਇਹ ਬਿਮਾਰੀ ਹੈ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੇ ਪੈਮਾਨੇ ਤੇ ਫੈਲ ਰਹੀ ਹੈ ਪਰ ਡਾਕਟਰ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰਾਂਗੇ ਕਿ ਸਾਨੂੰ ਕਿਦਾਂ ਪਤਾ ਲੱਗੇਗਾ ਕਿ ਅਸੀਂ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਾਂ ਦੇਖਿਏ ਕਿਸੇ ਵੀ ਬਿਮਾਰੀ ਨੂੰ ਡਾਇਗਨੋਸ ਕਰਨ ਦੇ ਲਈ ਬਹੁਤ ਸਾਰੇ ਟੈਸਟ ਹੁੰਦੇ ਆ। ਜੀ। ਲੇਕਿਨ ਟੈਸਟ ਤੋਂ ਪਹਿਲਾਂ ਜਿਹੜੀ ਸਾਡਾ ਸ਼ਰੀਰ ਹੈ ਉਹ ਸਾਨੂੰ ਉਸ ਬਿਮਾਰੀ ਦੇ ਸਿੰਪਟਮਸ ਦੱਸਨੇ ਸ਼ੁਰੂ ਕਰ ਦਿੰਦਾ ਹੈ। ਜੀ। ਲਾਈਕ ਤੁਸੀਂ ਪੌੜੀਆਂ ਚੜ੍ਹਨ ਤੁਹਾਨੂੰ ਦਿੱਕਤ ਆਣੀ ਸ਼ੁਰੂ ਹੋਈ। ਤੁਹਾਡੇ ਜੋਇੰਟਸ ਦੇ ਵਿੱਚੋਂ ਕੜਕੜ ਦੀ ਆਵਾਜ਼ ਆਣੀ ਸ਼ੁਰੂ ਹੋਈ। ਲੈਗਸ ਤੁਹਾਡੀਆਂ ਥੋੜਾ ਭਾਰੀਪਨ ਲੈਗਸ ਦੇ ਵਿੱਚ ਰਹਿਣ ਲੱਗਿਆ, ਥਕਾਵਟ ਰਹਿਣ ਲੱਗੀ। ਸੋ ਦੈਟ ਸ਼ੋਜ਼ ਕਿ ਕਿਤਨਾ ਕਿਤੇ ਫਲੂਇਡ ਜਿਹੜਾ ਸੁੱਕਣਾ ਸ਼ੁਰੂ ਹੋਇਆ। ਜੀ। ਹੁਣ ਇਸ ਦਾ ਕੋਈ ਬਲੱਡ ਟੈਸਟ ਨਹੀਂ ਕਰਵਾਇਆ ਜਾ ਸਕਦਾ। ਇਹਦੇ ਲਈ ਡਾਇਗਨੋਸ ਦਾ ਐਕਸ-ਰੇ ਦੇ ਵਿੱਚ ਜਿਹੜੀਆਂ ਚੇਂਜਸ ਹੈਗੀਆਂ ਉਹ ਨਜ਼ਰ ਆਉਂਦੀਆਂ ਤੇ ਉਸ ਤੋਂ ਬਾਅਦ ਇਹ ਬਿਮਾਰੀ ਦਾ ਜਿਹੜਾ ਹੈਗਾ ਡਾਇਗਨੋਸ ਬੰਦ ਹੈ ਕਿ ਇਹ ਇਹ ਬਿਮਾਰੀ ਸ਼ੁਰੂ ਹੋ ਗਈ ਹੈ ਜਾਂ ਕੁਝ ਲੇਟਰ ਸਟੇਜ ਤੇ ਪਹੁੰਚ ਗਈ ਹੈ ਜਾਂ ਬਹੁਤ ਬੁਰੇ ਹਾਲਤ ਦੇ ਵਿੱਚ ਪਹੁੰਚ ਗਈ ਹੈ ਜੀ ਤੁਸੀਂ ਇਹ ਦੱਸਿਆ ਕਿ ਆਪਾਂ ਨੂੰ ਕਿਵੇਂ ਕਿਵੇਂ ਪਤਾ ਲੱਗ ਜਾਂਦਾ ਹੈ ਤੇ ਜਿਹੜੇ ਦਰਸ਼ਕ ਨਹੀਂ ਬੜੇ ਧਿਆਨ ਦੇ ਨਾਲ ਸੁਣ ਰਹੇ ਹੋਣਗੇ ਕਿ ਸ਼ਾਇਦ ਤੁਹਾਨੂੰ ਵੀ ਫੀਲ ਹੋ ਰਿਹਾ ਹੋਗਾ ਈਵਨ ਕਿ ਮੈਨੂੰ ਵੀ ਇਹ ਚੀਜ਼ ਫੀਲ ਹੋ ਰਹੀ ਹੈ ਕਿ ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਤਾਂ ਵਾਕਿਆ ਹੀ ਸਾਨੂੰ ਇਹ ਲੱਗਦਾ ਹੈ ਕਿ ਸਾਡੀਆਂ ਜੜੀਆਂ ਪਿੰਜੜੀਆਂ ਨੇ ਜਾਂ ਸਾਡੀਆਂ ਜੜੀਆਂ ਉੱਪਰਲੇ ਜਿਹੜੇ ਗੋਡੇ ਨੇ ਤਾਂ ਉਹ ਉਹਨਾਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਤਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਹਾਂ ਅਕਸਰ ਆਪਾਂ ਇਹੀ ਕਹਿੰਦੇ ਆ ਕਿ ਅੱਜਕੱਲ ਜਿਹੜੀਆਂ ਖੁਰਾਕਾਂ ਨੇ ਉਹ ਵਧੀਆ ਨਹੀਂ ਰਹੀਆਂ ਹੈ ਨਾ ਮੇਨ ਗੱਲ ਇਹੀ ਹੁੰਦੀ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਆਪਾਂ ਅੱਜ ਵੀ ਉਹਨਾਂ ਨੂੰ ਘਰਾਂ ਦੇ ਵਿੱਚ ਵੇਖਦੇ ਆ ਨਾਨਾ ਨਾਨੀ ਹੋਗੇ ਦਾਦਾ ਦਾਦੀ ਹੋਗੇ ਜਾਂ ਕਈ ਵਾਰੀ ਤਾਂ ਉਸ ਤੋਂ ਵੀ ਵੱਡੀ ਉਮਰ ਦੀ ਜਿਹੜੇ ਵੱਡ ਵਡੇਰੇ ਸਾਡੇ ਹੁੰਦੇ ਨੇ ਉਹ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਦੇਖੀਏ ਤੇ ਆਪਾਂ ਆਪਣੇ ਆਪ ਨੂੰ ਦੇਖੀਏ ਕਿ ਅੱਜ 25 ਤੋਂ 30 ਸਾਲ ਦੀ ਉਮਰ ਤੇ ਵਿੱਚ ਅਸੀਂ ਪ੍ਰੋਪਰ ਪੌੜੀਆਂ ਨਹੀਂ ਚੜ ਪਾਉਂਦੇ ਪ੍ਰੋਪਰ ਭੱਜ ਦੌੜ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਇਹ ਲੱਗਦਾ ਵੀ ਸਾਡੇ ਗੁੰਡਿਆਂ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਖਾਸ ਕਰਕੇ ਆਪਾਂ ਗੱਲ ਕਰ ਰਿਹਾ ਹੁਣ ਜਿਹੜੇ 55 ਤੋਂ 60 ਸਾਲ ਦੀ ਉਮਰ ਦੇ ਨੇ ਜਾਂ ਉਸ ਤੋਂ ਵੱਧ ਦੇ ਨੇ ਕਿ ਉਹਨਾਂ ਨੂੰ ਤਾਂ ਇਹ ਬਿਮਾਰੀ ਹੋਈ ਜਾਂਦੀ ਹੈ ਪਰ ਇਹਦਾ ਪਤਾ ਸਾਨੂੰ ਮੈਨੂੰ ਲੱਗਦਾ ਕਿ 50 ਸਾਲ ਦੀ ਉਮਰ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਕੁਝ ਹੋਰ ਹੈ ਉਹ ਜੀ ਜੀ ਦੇਖੋ ਇਲਾਜ ਆਫਕੋਰਸ ਹੁੰਦਾ ਹੈਗਾ ਇਲਾਜ ਵੀ ਉਹੀ ਹੋਏਗਾ ਕਿ ਜੋ ਚੀਜ਼ਾਂ ਖਰਾਬ ਹੋਈਆਂ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਹੈਗਾ ਮੈਂ ਇੱਕ ਵਾਰ ਫਿਰ ਤੁਹਾਨੂੰ ਇਸ ਜੋਇੰਟ ਵਾਲ ਦੁਆਰਾ ਨਿਗਾਹ ਲੈ ਕੇ ਆਵਾਂਗਾ ਦੇਖਿਏ ਆਪਾਂ ਕਹਿ ਰਹੇ ਹਾਂ ਕਿ ਇਹ ਜਿਹੜਾ ਕੁਸ਼ਨ ਹੈਗਾ ਇਹ ਡਰਾਈ ਹੋ ਰਿਹਾ ਹੈਗਾ ਤੇ ਇਹਦੇ ਵਿੱਚੋਂ ਫਲੂਇਡ ਸੁੱਕ ਰਿਹਾ ਹੈਗਾ ਹੁਣ ਸਾਡਾ ਪਰਪਸ ਕੀ ਹੈਗਾ ਕਿ ਅਸੀਂ ਇਸ ਫਲੂਇਡ ਨੂੰ ਦੁਬਾਰਾ ਬਿਲਡ ਕਰੀਏ ਪਲੱਸ ਕਿਉਂਕਿ ਜਦੋਂ ਫਲੂਇਡ ਸੁਕੇਗਾ ਤਾਂ ਗੈਪ ਘਟਣਾ ਸ਼ੁਰੂ ਹੋ ਜਾਏਗਾ ਜੋਇੰਟ ਜਾਂ ਤਾਂ ਇੱਕ ਪਾਸੇ ਸੁਕੇਗਾ ਅੰਦਰ ਨੂੰ ਜਾਂ ਬਾਹਰ ਨੂੰ ਤੇ ਜੁੜਨਾ ਸ਼ੁਰੂ ਹੋ ਜਾਏਗਾ ਜੋਇੰਟ ਤਾਂ ਹੁਣ ਇਹ ਫਲੂਇਡ ਜਦੋਂ ਵਾਪਸ ਲੈ ਕੇ ਆਣਾ ਹੈ ਤਾਂ ਸਾਡਾ ਮੋਟਿਵ ਦੋ ਰਹੇਗੇ ਪਹਿਲਾ ਇਹ ਫਲੂਇਡ ਬਣਾਣਾ ਹੈ ਪਲੱਸ ਇਸ ਜੋਇੰਟ ਦੀ ਜਿਹੜੀ ਸਪੇਸ ਹੈ ਉਹਨੂੰ ਵਾਪਸ ਲੈ ਕੇ ਆਣਾ ਹੈ ਤਾਂ ਸਾਡੇ ਇਸ ਸੰਸਥਾਨ ਨੇ ਇੱਕ ਮੈਡੀਸਨ ਤਿਆਰ ਕੀਤੀ ਹੈ ਜਿਹਦੇ ਵਿੱਚ ਦੋ ਤਰ੍ਹਾਂ ਦੇ ਔਇਲ ਹਨ ਪਹਿਲਾ ਔਇਲ ਹੈਗਾ ਜਿਹੜਾ ਅਸੀਂ ਆਪਣੀ ਅੰਬਲਾਈਕਲ ਨਾਭੀ ਜਾਂ ਆਪਣੀ ਪੰਜਾਬੀ ਚ ਕਹਿੰਦੇ ਧੁੰਨੀ ਦੇ ਵਿੱਚ ਪਾਣਾ ਹੈਗਾ ਤੇ ਉਹਦੇ ਆਲੇ-ਦੁਆਲੇ 1 ਇੰਚ ਦੇ ਏਰੀਆ ਚ ਉਹਦੀ ਹਲਕੇ ਹੱਥ ਨਾਲ ਮ사ਜ ਕਰਨੀ ਹੈ ਤੇਲ ਦੀ ਹੁਣ ਉਸ ਤੇਲ ਦਾ ਫਾਇਦਾ ਕੀ ਹੈਗਾ ਦੇਖੋ ਤੁਸੀਂ ਜਾਣਦੇ ਹੋ ਕਿ ਧੁੰਨੀ ਜਿਹੜੀ ਹੈ ਉਹ ਸਾਡੇ ਸਰੀਰ ਦਾ ਬਹੁਤ ਅਹਿਮ ਅੰਗ ਹੈ ਲਗਭਗ 72000 ਨਾੜੀਆਂ ਜਿਹੜੀਆਂ ਹੈ ਧੁੰਨੀ ਦੇ ਨਿਕਲ ਕੇ ਸਾਡੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਨੂੰ ਬਲੱਡ ਸਪਲਾਈ ਕਰਦੀਆਂ ਨੇ ਔਰ ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਜੇ ਕਿਸੇ ਦੇ ਬੁੱਲ ਫੜ ਜਾਂਦੇ ਆ ਤਾਂ ਦਾਦੀ ਨਾਨੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਕਹਿੰਦੇ ਧੁੰਨੀ ਦੇ ਵਿੱਚ ਨਾਂ ਲੱਗੇ ਤੇਲ ਲਗਾ ਲਓ ਜੀ ਸਰੋਂ ਦਾ ਤੁਹਾਡੇ ਬੁੱਲ ਠੀਕ ਹੋ ਜਾਣਗੇ ਜੀ ਮੈਂ ਵੀ ਐਕਚੁਅਲੀ ਇਹੀ ਗੱਲ ਧਿਆਨ ਲੱਗੀ ਸੀ ਕਿ ਅਕਸਰ ਜਦੋਂ ਬੁੱਲ ਫੜਦੇ ਨੇ ਤਾਂ ਨਾਨੀ ਦਾਦੀ ਇਹੀ ਸਲਾਹ ਦਿੰਦੀਆਂ ਨੇ ਪਰ ਉਦੋਂ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਹੈ ਜਿਹੜਾ ਜ਼ਰੂਰ ਹੁੰਦਾ ਸਾਨੂੰ ਵੀ ਲੱਗਦਾ ਵੀ ਧੁੰਨੀ ਦਾ ਬੁੱਲਾਂ ਦੇ ਨਾਲ ਕੀ ਲਿੰਕ ਹੈ ਹਨਾ ਕਿ ਧੁੰਨੀ ਦੇ ਵਿੱਚ ਤੇਲ ਲਾਓ ਤੇ ਬੁੱਲ ਜਿਹੜੇ ਠੀਕ ਹੋ ਜਾਣਗੇ ਦੇ ਬਿਲਕੁਲ ਉਹਦਾ ਕਾਰਨ ਕੀ ਹੈ ਕਿ ਜਦੋਂ ਦੇਖੋ ਬੱਚਾ ਮਾਂ ਦੇ ਪੇਟ 'ਚ ਹੁੰਦਾ ਹੈਗਾ ਤਾਂ ਸਾਰਾ ਜੋੜਾ ਉਹਦੀ ਬੱਚੇ ਦੀ ਨਿਊਟ੍ਰੀਸ਼ਨ ਬੱਚੇ ਦੀ ਖੁਰਾਕ ਜਿਹੜੀ ਹੈ ਉਹ ਧੁੰਨੀ ਦੇ ਥਰੂ ਹੀ ਜਾ ਰਹੀ ਹੁੰਦੀ ਹੈ ਬੱਚਾ ਮਾਂ ਨਾਲ ਧੁੰਨੀ ਦੇ ਨਾਲ ਹੀ ਲਿੰਕਡ ਹੁੰਦਾ ਹੈਗਾ ਔਰ ਅੱਜ ਦੇ ਮਾਡਰਨ ਸਮਾਜ ਦੇ ਵਿੱਚ ਤਾਂ ਜੋ ਸਾਡੀ ਅੰਬਲਾਈਕਲ ਕੋਰਡ ਹੈ ਜਿਹਨੂੰ ਪੰਜਾਬੀ ਵਿੱਚ 나ੜੂ ਆ ਕਹਿੰਦੇ ਹੈਗੇ ਉਹਨੂੰ ਵੀ ਪ੍ਰੀਜ਼ਰਵ ਕਰਨ ਦਾ ਇੱਕ ਪ੍ਰੋਸੀਜਰ ਬਣਾਇਆ ਜਾ ਰਿਹਾ ਹੈ ਸੋ ਥੈਟ ਕਿ ਆ ਨਾਲੇ ਟਾਈਮ 'ਚ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈਗੀ ਹੈ ਤਾਂ ਉਸ ਅੰਬਲਾਈਕਲ ਕੋਰਡ ਤੋਂ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ ਤਾਂ ਉਸ ਲਈ ਅੰਮਲਾਈਕਲ ਜਿਹੜੀ ਹੈਗੀ ਇਹ ਬਹੁਤ ਇੰਪੋਰਟੈਂਟ ਪਾਰਟ ਹੈਗਾ ਸਾਡੀ ਬੋਡੀ ਦਾ ਜਦੋਂ ਅਸੀਂ ਇਹ ਤੇਲ ਜਿਹੜਾ ਆਪਾਂ ਬਣਾਇਆ ਹੈ ਉਹ ਤੇਲ ਇਸ ਧੁੰਨੀ ਦੇ ਵਿੱਚ ਪਾਨੇ ਆ ਸਵੇਰੇ ਤੇ ਸ਼ਾਮ ਉਹਦੀ ਮ사ਜ ਕਰਦੇ ਆ ਤਾਂ ਸਾਡੇ ਜੋਇੰਟਸ ਦੇ ਵਿੱਚ ਜੋ ਇੰਟਰਨਲਿ ਲੂਬ੍ਰੀਕੇਸ਼ਨ ਬਦਲਣੀ ਸ਼ੁਰੂ ਹੋ ਜਾਂਦੀ ਹੈ ਜੋ ਸਾਡਾ ਪਹਿਲਾ ਮੋਟਿਵ ਹੈ ਜੀ ਦੂਸਰਾ ਜੋ ਆਇਲ ਹੈਗਾ ਉਹ ਤੁਸੀਂ ਜੋਇੰਟ ਦੇ ਉੱਪਰ ਅਫੈਕਟਿਡ ਜੋਇੰਟ ਜਿਹੜੇ ਜਿਹੜੇ ਜੋਇੰਟ ਤੁਹਾਡੇ ਜੁੜਦੇ ਹੈਗੇ ਜਾਂ ਦੁਖਦੇ ਹੈਗੇ ਖਾਸ ਕਰ ਗੋਡੇ ਹੋਏ ਈਵਨ ਬੈਕ ਤੇ ਵੀ ਇਹਦਾ ਬੜਾ ਅਸਰ ਪੈਂਦਾ ਹੈਗਾ ਈਵਨ ਤੁਸੀਂ ਮੋਟਿਆਂ ਤੇ ਕਿਸੇ ਵੀ ਜੋਇੰਟ ਤੇ ਇਸ ਤੇਲ ਨੂੰ ਲਗਾ ਸਕਦੇ ਹੈਗੇ ਤਾਂ ਇਸ ਤੇਲ ਦੀ ਮ사ਜ ਤੁਸੀਂ ਹਲਕੇ ਹੱਥ ਨਾਲ ਰਾਉਂਡ ਦਾ ਕਲੌਕ ਕਰਨੀ ਹੈ ਮ사ਜ ਕਰਨ ਤੋਂ ਬਾਅਦ ਤੁਹਾਡੇ ਆ ਆਣਗਵਾਂਡ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਤੁਹਾਨੂੰ ਅਰੰਡ ਦੇ ਪੱਤੇ ਮਿਲ ਜਾਣੇ ਹਨ ਅਰੰਡ ਦੇ ਪੱਤੇ ਹਲਕੇ ਜੇ ਤਵੇ ਤੇ ਗਰਮ ਕਰਕੇ ਉਹਦੇ ਉੱਪਰ ਇਹ ਤੇਲ ਬਹੁਤ ਥੋੜਾ ਜਿਹਾ ਤੇਲ ਲਗਾ ਕੇ ਜਾਂ ਤੇਲ ਨਹੀਂ ਵੀ ਲਗਾਓਗੇ ਤਾਂ ਵੀ ਤੇਲ ਆਲਰੇਡੀ ਗੋਡਿਆਂ ਤੇ ਲੱਗਿਆ ਹੋਇਆ ਤਾਂ ਅਰੰਡ ਦੇ ਪੱਤੇ ਕੋਸੇ ਕੋਸੇ ਆਪਣੇ ਗੋਡਿਆਂ ਤੇ ਬਨ ਕੇ ਰੱਖੋ ਜਿੰਨਾ ਟਾਈਮ ਉਹਨਾਂ ਦੇ ਵਿੱਚ ਸੇਕ ਆ ਰਿਹਾ ਉਸ ਤੋਂ ਬਾਅਦ ਤੁਸੀਂ ਇਹਨੂੰ ਉਤਾਰ ਸਕਦੇ ਹੈਗੇ ਹੋ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਇਹ ਚੀਜ਼ ਜਿਹੜੀ ਤੁਹਾਡੀ ਲੂਬ੍ਰੀਕੇਸ਼ਨ ਹੈ ਬਣਨੀ ਸ਼ੁਰੂ ਹੋ ਜਾਏਗੀ ਪਰ ਡੁਪਲੀਕੇਸ਼ਨ ਬਣਨ ਦੇ ਲਈ ਸਿਰਫ ਤੇਲ ਕਾਫੀ ਨਹੀਂ ਹੈ ਇਸ ਲਈ ਦੋ ਤਰ੍ਹਾਂ ਦੀਆਂ ਟੈਬਲੇਟਸ ਤਿਆਰ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਨਿਊਟ੍ਰੀਸ਼ਨਸ ਪ੍ਰੋਵਾਈਡ ਕਰਦੀਆਂ ਬਾਡੀ ਨੂੰ ਜਿਦੇ ਵਿੱਚ ਲਾਈਕ ਹਾਰ ਸ਼ਿੰਗਾਰ ਹੈ ਤੇ ਹੋਰ ਬਹੁਤ ਹੀ 25 26 ਅਸੇ ਦਰਬੇ ਹੈਗੇ ਜੋ ਇਹਨਾਂ ਦੇ ਵਿੱਚ ਪਾਏ ਗਏ ਹੈ ਜੋ ਕਿ ਸਾਡੀ ਬਾਡੀ ਦੇ ਵਿੱਚ ਜੋ ਨਿਊਟ੍ਰੀਸ਼ਨਸ ਦੀ ਕਮੀ ਆਂਦੀ ਹੈ ਉਹਨਾਂ ਨੂੰ ਪੂਰਾ ਕਰਦੇ ਆ ਹੁਣ ਇਹ ਜਿਹੜੀ ਦਵਾਈ ਹੈ ਇਹਦੇ ਨਾਲ ਕੀ ਹੋਏਗਾ ਅੰਦਰ ਨਿਊਟ੍ਰੀਸ਼ਨਸ ਬਣਨਗੀਆਂ ਫਲੂਇਡ ਬਣੇਗਾ ਤੇ ਜੋਇੰਟ ਜਿਹੜਾ ਰਿਪੇਅਰ ਹੋਣਾ ਸ਼ੁਰੂ ਹੋਏਗਾ ਪਰ ਕੀ ਇਹ ਕੰਪਲੀਟ ਟਰੀਟਮੈਂਟ ਹੈ ਬਿਲਕੁਲ ਨਹੀਂ ਕਿਉਂ ਕਿ ਕਿਉਂਕਿ ਅਗਰ ਇਹ ਜੋੜ ਜੁੜਿਆ ਹੋਇਆ ਹੈ ਤਾਂ ਤੁਸੀਂ ਕਿੰਨਾ ਮਰਜੀ ਲੂਬ੍ਰੀਕੇਸ਼ਨ ਪਾ ਲਓ ਜਦ ਤੱਕ ਇਸ ਜੋਇੰਟ ਨੂੰ ਤੁਸੀਂ ਖੋਲਦੇ ਨਹੀਂ ਤਦ ਤੱਕ ਬਿਮਾਰੀ ਦਾ ਹੱਲ ਨਹੀਂ ਹੋਏਗਾ ਦਵਾਈ ਦਾ ਅਸਰ ਬਹੁਤ ਅੱਛਾ ਨਹੀਂ ਮਿਲੇਗਾ ਤਾਂ ਉਸ ਪਰਪਸ ਲਈ ਆਪਣ ਨੂੰ ਕੀ ਕਰਨਾ ਪਏਗਾ ਸਾਨੂੰ ਐਕਸਰਸਾਈਜ਼ ਕਰਨੀ ਪਏਗੀ ਔਰ ਤੁਹਾਡੇ ਲਈ ਬੈਸਟ ਐਕਸਰਸਾਈਜ਼ ਹੈ ਕਿ ਸਾਈਕਲ ਚਲਾਓ ਦਿਨ ਦੇ ਵਿੱਚ 15 ਤੋਂ 20 ਮਿੰਟ ਲਈ ਪੇਸ਼ੈਂਟ ਜਿਹੜਾ ਹੈਗਾ ਉਹ ਸਾਈਕਲ ਚਲਾਉਂਦਾ ਤਾਂ ਇਹ ਜੋੜ ਜਿਹੜਾ ਖੁੱਲ ਜਾਂਦਾ ਤੇ ਨਾਲ ਦੀ ਨਾਲ ਅਸੀਂ ਇਸ ਜੋ ਤੁਹਾਡੀ ਮੈਡੀਸਨ ਦਾ ਪੈਕ ਹੋਏਗਾ ਜਿਹੜੀ ਤੁਸੀਂ ਡਿਮਾਂਡ ਕਰੋਗੇ ਉਸ ਦੇ ਵਿੱਚ ਇੱਕ ਜੋ ਤੁਹਾਡੀ ਐਕਸਰਸਾਈਜ਼ ਦਾ ਚਾਰਟ ਲਿਖਿਆ ਗਿਆ ਉਹ ਚਾਰਟ ਦੇਖ ਕੇ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਡੂਜ਼ ਐਂਡ ਡੋਂਟਸ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਹੈ ਲਾਈਕ ਅਗਰ ਤੁਸੀਂ ਦੇਖੋ ਤਾਂ ਸਭ ਤੋਂ ਇੰਪੋਰਟੈਂਟ ਜਿਨ੍ਹਾਂ ਲੋਕਾਂ ਦੇ ਗੋਡੇ ਦੁਖਦੇ ਆ ਉਹਨਾਂ ਲਈ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਕਿ ਉਹ ਆਪਣੇ ਭਾਰ ਦਾ ਖਿਆਲ ਰੱਖਣ ਜੀ ਜਿਆਦਾ ਭਾਰ ਹੋਏਗਾ ਤਾਂ ਉਹਨਾਂ ਦੇ ਲਈ ਇਹ ਗੋਡਾ ਰਿਪੇਅਰ ਕਰਨਾ ਮੁਸ਼ਕਿਲ ਹੁੰਦਾ ਜਾਏਗਾ ਨਾਲ ਦੀ ਨਾਲ ਜਿਆਦਾ ਲੰਮਾ ਟਾਈਮ ਖੜੇ ਨਹੀਂ ਹੋਣਾ ਜਿਆਦਾ ਪੌੜੀਆਂ ਨਹੀਂ ਚੜ੍ਹਣੀਆਂ ਅਗਰ ਪੌੜੀਆਂ ਚੜ੍ਹਣੀਆਂ ਜਾਂ ਉਤਰਨੀਆਂ ਪਹਿਨ ਤਾ ਪੁੱਠੀਆਂ ਚੜ੍ਹੋ ਤੇ ਪੁੱਠੀਆਂ ਉਤਰੋ ਉਹ ਤੁਹਾਨੂੰ ਰਿਲੈਕਸ ਦੇਣਗੇ ਆਰਾਮ ਦੇਣਗੇ ਜੀ ਠੀਕ ਹੈ ਤਾਂ ਡਾਈਟ ਐਕਸਰਸਾਈਜ਼ ਤੇ ਮੈਡੀਸਨ ਇਹ ਤਿੰਨ ਚੀਜ਼ਾਂ ਮਿਲ ਕੇ ਤੁਹਾਡੇ ਗੋਡੇ ਦੀ ਰਿਪੇਅਰ ਕਰ ਸਕਦੀਆਂ ਤੁਹਾਡੇ ਜੋਇੰਟਸ ਦੀ ਰਿਪੇਅਰ ਕਰ ਸਕਦੀਆਂ ਕੱਲੀ ਚੀਜ਼ ਕੋਈ ਵੀ ਰਿਪੇਅਰ ਨਹੀਂ ਕਰ ਸਕਦੀ ਆਪਣੀ ਜਿਹੜੀ ਡਾਈਟ ਹੈ ਉਹਦੇ ਵਿੱਚ ਕੋਈ ਵੀ ਅਸੀ ਚੀਜ਼ ਨਾ ਖਾਓ ਜਿਹਦੇ ਨਾਲ ਬਾਏ ਵਧੇ ਬਾਤ ਵਧੇ ਲਾਈਕ ਮਾਂ ਦੀ ਦਾਲ ਹੈ ਰਾਜਮਾ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਸੀ ਚਾਵਲ ਹੈ ਬਾਸੀ ਖਾਣਾ ਹੈ ਇਹ ਸਰੀਰ ਚ ਬਾਤ ਵਧਾਉਂਦੀਆਂ ਤੇ ਆਲਰੇਡੀ ਬਾਤ ਜਿਹੜਾ ਹੈਗਾ ਉਹ ਸਾਨੂੰ ਪਰੇਸ਼ਾਨ ਕਰ ਰਿਹਾ ਹੈਗਾ ਤੇ ਇਹ ਤਿੰਨੋ ਚੀਜ਼ਾਂ ਨੂੰ ਅਗਰ ਤੁਸੀਂ ਇਕੱਠੇ ਯੂਜ਼ ਕਰਦੇ ਹੋ ਤਾਂ ਤੁਸੀਂ ਦੇਖੋਗੇ ਬਹੁਤ ਜਲਦੀ ਤੁਹਾਨੂੰ ਇਸ ਤੋਂ ਰਿਕਵਰੀ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਜੀ ਮਤਲਬ ਤੁਸੀਂ ਇਹ ਚੀਜ਼ਾਂ ਦੱਸੀਆਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਖਾਣੇ ਚਾਹੀਦੀਆਂ ਪਰ ਜਿਹੜੇ ਸਾਡੇ ਦਰਸ਼ਕ ਨੇ ਉਹ ਇਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਰੁਟੀਨ ਦੇ ਵਿੱਚ ਯੂਜ਼ ਕਰ ਸਕੀਏ ਦੇਖੋ ਰੁਟੀਨ ਜੀ ਯੂਜ਼ ਕਰਨ ਦੇ ਲਈ ਤੁਸੀਂ ਅਦਰਕ ਮੌਸਮ ਦੇ ਹਿਸਾਬ ਨਾਲ ਖਾਓ ਕਾਲੀ ਮਿਰਚ ਤੁਹਾਡੇ ਵਾਸਤੇ ਬਹੁਤ ਅੱਛੀ ਹੈ ਲਸਣ ਤੁਹਾਡੇ ਵਾਸਤੇ ਬਹੁਤ ਅੱਛਾ ਹੈ ਗ੍ਰੀਨ ਵੈਜੀਟੇਬਲਸ ਤੁਸੀਂ ਲਓ ਇਹ ਤੁਹਾਡੇ ਵਾਸਤੇ ਅੱਛੀਆਂ ਹੈਗੀਆਂ ਕੈਲਸ਼ੀਅਮ ਦੇ ਰਿਸੋਰਸਸ ਤੁਸੀਂ ਯੂਜ਼ ਕਰੋ ਬਿਕਾਜ਼ ਕੈਲਸ਼ੀਅਮ ਦੀ ਜ਼ਰੂਰਤ ਰਹਿੰਦੀ ਹੈਗੀ ਹੈ ਇਹਨਾਂ ਚੀਜ਼ਾਂ ਦਾ ਪਾਣੀ ਖੂਪ ਪੀਓ ਹੂੰ ਪਾਣੀ ਆਪਣੀ ਬੋਡੀ ਦੇ ਹਿਸਾਬ ਨਾਲ ਖੂਬ ਪਾਣੀ ਪੀਓ ਲੇਕਿਨ ਧਿਆਨ ਰੱਖੋ ਪਾਣੀ ਜਿਹੜਾ ਹੈਗਾ ਉਹ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਫਿਰ 1 ਘੰਟਾ ਸਵਾ ਘੰਟਾ ਬਾਅਦ ਚ ਪੀਣਾ ਹੈ ਰੂਟੀਨ ਦੇ ਵਿੱਚ ਪਾਣੀ ਖੂਬ ਪੀਓ ਔਰ ਬੈਠ ਕੇ ਪਾਣੀ ਪੀਓ ਸੋ ਥੈਟ ਕੀ ਤੁਹਾਡੇ ਜੋਇੰਟਸ ਦੇ ਵਿੱਚ ਲੂਬ੍ਰੀਕੇਸ਼ਨ ਪ੍ਰੋਪਰ ਬਣਦੀ ਰਹੇ ਔਰ ਨਾਲ ਦੀ ਨਾਲ ਜਿਹੜਾ ਰੋਗ ਹੈ ਉਹ ਅੱਗੇ ਵਧੇ ਨਾ ਹੂੰ ਬਿਲਕੁਲ ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕਿਹੜੀ ਦਵਾਈ ਹੈ ਕਿਹੜੀਆਂ ਟੈਬਲੈਟਸ ਨੇ ਉਹ ਕਿਵੇਂ ਖਾਣੀਆਂ ਨੇ ਨਾਲ ਨਾਲ ਜਿਹੜੀ ਐਕਸਰਸਾਈਜ਼ ਜ਼ਰੂਰੀ ਹੈ ਬਟ ਉਨਾ ਨੂੰ ਮੰਗ ਜਣਾ ਮੰਗਵਾਉਣ ਦਾ ਸਾਧਨ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਸਕਰੀਨ ਤੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਸ ਦਵਾਈ ਨੂੰ इजीली ਮੰਗਵਾ ਸਕਦੇ ਹੋ ਇਹ ਦਵਾਈ ਤੁਹਾਨੂੰ ਬਹੁਤ ਵਧੀਆ ਫਾਇਦੇ ਦੇਵੇਗੀ ਕਿਉਂਕਿ ਵਾਰ-ਵਾਰ ਮੈਂ ਇੱਕੋ ਗੱਲ ਕਹਿ ਰਹੀ ਐ ਕਿ ਅੱਜ ਹਰ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਐਦਾਂ ਦਾ ਜ਼ਰੂਰ ਹੈ ਜਿਸ ਦੇ ਗੋਡੇ ਬਹੁਤ ਜ਼ਿਆਦਾ ਦਰਦ ਕਰਦੇ ਨੇ ਜਿਹੜੇ ਕਿ ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਤੇ ਕੁਝ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਹਲੇ ਪਤਾ ਲੱਗਣਾ ਸ਼ੁਰੂ ਹੋਇਆ ਜਿਵੇਂ ਕਿ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਨੂੰ ਏਜ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਸਾਡੇ ਤੋਂ ਪ੍ਰੋਪਰ ਪੌੜੀ ਨਹੀਂ ਚੜਿਆ ਜਾਂਦਾ ਸਾਡੇ ਤੋਂ ਜ਼ਿਆਦਾ ਛੱਲਿਆ ਫਿਰਿਆ ਨਹੀਂ ਜਾਂਦਾ ਸਾਡੇ ਗੋਡਿਆਂ ਦੇ ਵਿੱਚ ਦਰਦ ਹੋਣਾ ਮਹਿਸੂਸ ਹੁੰਦਾ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਗੋਡਿਆਂ ਤੇ ਕਿਸੇ ਚੀਜ਼ ਦਾ ਭਾਰ ਪੈ ਰਿਹਾ ਤਾਂ ਉਦੋਂ ਸਾਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਅਸੀਂ ਜ਼ਿਆਦਾ ਉਸ ਚੀਜ਼ ਤੋਂ ਪ੍ਰਭਾਵਿਤ ਨਾ ਹੋਈਏ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਸਾਨੂੰ ਇਹ ਬਿਮਾਰੀ ਚੜੀ ਲੱਗੜੀ ਸ਼ੁਰੂ ਹੋ ਗਈ ਹੈ ਸੋ ਇਸ ਚੀਜ਼ ਨੂੰ ਲੈ ਕੇ ਤੁਸੀਂ ਘਬਰਾਉਣਾ ਵੀ ਨਹੀਂ ਹੈ ਕਿਉਂਕਿ ਦਵਾਈ ਸਾਨੂੰ ਮਿਲ ਚੁੱਕੀ ਹੈ ਜੀ ਦਵਾਈ ਬਹੁਤ ਹੀ ਈਜ਼ੀਲੀ ਢੰਗ ਨਾਲ ਮਿਲ ਜਾਣੀ ਹੈ ਕਿਉਂਕਿ ਸਕਰੀਨ ਤੇ ਜਿਹੜੇ ਨੰਬਰ ਲਗਾਤਾਰ ਫਲੈਸ਼ ਹੋ ਰਹੇ ਇੰਨਾ ਤੇ ਤੁਸੀਂ ਸਿਰਫ ਇੱਕ ਕਾਲ ਕਰਨਾ ਤੇ ਨਾਲ ਦੀ ਨਾਲ ਆਪਣਾ ਐਡਰੈਸ ਲਖਵਾਉਣਾ ਤੇ ਉਹ ਦਵਾਈ ਤੁਹਾਡੇ ਘਰ ਤੱਕ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਪਹੁੰਚ ਜਾਵੇਗੀ ਪਰ ਤੁਹਾਨੂੰ ਨਾਲ ਦੀ ਨਾਲ ਐਕਸਰਸਾਈਜ਼ ਵੀ ਕਰਨੀ ਪੈਣੀ ਹੈ ਤੇ ਜਿਹੜਾ ਤੁਹਾਨੂੰ ਡਾਈਟ ਚਾਰਟ ਮਿਲੇਗਾ ਜਿਹੜਾ ਐਕਸਰਸਾਈਜ਼ ਵਾਲਾ ਚਾਰਟ ਮਿਲੇਗਾ ਉਹ ਚੀਜ਼ ਤੋਂ ਵੀ ਨਾਲ ਤੁਸੀਂ ਫੋਲੋ ਅਪ ਹੈ ਜਿਹੜਾ ਉਹ ਜ਼ਰੂਰ ਕਰਨਾ ਤਾਂ ਡਾਕਟਰ ਸਾਹਿਬ ਇੱਕ ਜਿਹੜਾ ਸਵਾਲ ਹੈ ਉਹ ਹੋਰ ਹੈ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਜਿਹੜੇ ਨੌਬਤ ਹੈ ਆਪਰੇਸ਼ਨ ਦੀ ਉਹ ਆ ਹੀ ਜਾਂਦੀ ਆ ਤਾਂ ਅੱਜ ਕੱਲ ਤਾਂ ਕਿਸੇ ਵੀ ਆਰਥੋਪੈਡਿਕ ਡਾਕਟਰ ਕੋਲ ਪੇਸ਼ੈਂਟ ਚਲੇ ਜਾਂਦਾ ਉਹਦੇ ਕਹ ਦਿੰਦੇ ਨੇ ਕਿ ਨਹੀਂ ਜੀ ਇਹ ਚੀਜ਼ ਦਾ ਜਿਹੜਾ ਪੈਕਪ ਹੈ ਇਹ ਪੈਕੇਜ ਤੁਹਾਨੂੰ ਮਿਲੇਗਾ ਇੱਕ ਅਗਰ ਦਰਦ ਕਰਦਾ ਤਾਂ ਦੂਜੇ ਦਾ ਨਾ ਵੀ ਨਾਲ ਹੀ ਨਾਲ ਆਪਰੇਸ਼ਨ ਕਰਵਾ ਲਓ ਹੈਨਾ ਇਦਾਂ ਦਾ ਵੀ ਹੋਇਆ ਕਿ ਕਿ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੇਰੇ ਖੁਦ ਇੱਕ ਗਵਾਨ ਦੇ ਵਿੱਚ ਇੱਕ ਲੇਡੀ ਹੈ ਜਿਹੜੇ ਕਿ ਇੱਕ ਗੋਡੇ ਦਾ ਆਪਰੇਸ਼ਨ ਕਰਵਾਉਣ ਗਈ ਸੀ ਤੇ ਨਾਲ ਦੀ ਨਾਲ ਉੱਥੇ ਜਾ ਕੇ ਇਹ ਮਨ ਬਣਾ ਲਿਆ ਕਿ ਦੂਜੇ ਦਾ ਵੀ ਕਰਵਾ ਲਿਆ ਜਾਵੇ ਬਟ ਹੁਣ ਉਹ ਚੱਲਣ ਫਿਰਨ ਦੇ ਕਾਬਿਲ ਵੀ ਨਹੀਂ ਰਹੀ ਕੀ ਕਹਿਣਾ ਥੋੜਾ ਬਹੁਤ ਸਟੈਂਡ ਦੇ ਨਾਲ ਚੱਲ ਫਿਰ ਸਕੇ ਹੈਨਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੀਆਂ ਨਾ ਐਵੇਂ ਸਹੀ ਨਹੀਂ ਜਾਂ ਫਿਰ ਇਸ ਚੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਦੇਖੋ ਕੋਈ ਵੀ ਚੀਜ਼ ਸਹੀ ਜਾਂ ਗਲਤ ਦਾ ਆਪਣਾ ਕੋਈ ਉਦੇਸ਼ ਨਹੀਂ ਹੈ ਕਿ ਆਪਾਂ ਕਿਸੇ ਚੀਜ਼ ਨੂੰ ਗਲਤ ਸਾਬਿਤ ਕਰੀਏ ਜੀ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਸਰਜਰੀ ਤੋਂ ਵੀ ਬਚਿਆ ਨਹੀਂ ਜਾ ਸਕਦਾ ਸਰਜਰੀ ਵੀ ਰਿਕੁਆਇਰਡ ਹੁੰਦੀ ਹੈ ਹਮ ਲੇਕਿਨ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਜੇ ਅਸੀਂ ਆਪਣੇ ਨੇਚਰਲ ਗੋਡ ਗਿਫਟਡ ਜਿਹੜੇ ਸਾਡੇ ਜੁਆਇੰਟਸ ਹੈਗੇ ਆ ਬਾਡੀ ਪਾਰਟਸ ਹੈਗੇ ਆ ਅਗਰ ਅਸੀਂ ਉਹਨਾਂ ਨੂੰ ਸੇਵ ਕਰ ਸਕੀਏ ਕਿਸੇ ਵੀ ਤਰੀਕੇ ਨਾਲ ਤਾਂ ਜਿਆਦਾ ਅੱਛਾ ਹੋਏਗਾ ਦੂਜੀ ਗੱਲ ਤੁਸੀਂ ਕਹਿ ਰਹੇ ਹੈਗੇ ਕਿ ਗੋਡਾ ਇੱਕ ਚੇਂਜ ਕਰਵਾਣੇ ਗਏ ਸੀ ਦੂਸਰਾ ਵੀ ਡਾਕਟਰ ਸਾਹਿਬ ਨੇ ਚੇਂਜ ਕਰ ਦਿੱਤਾ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਗੋਡਾ ਚੇਂਜ ਕਰਾਉਂਦੇ ਹੋ ਤਾਂ ਜੋ ਡੀਜਨਰੇਸ਼ਨ ਚੇਂजेस ਹੈਗੇ ਉਹ ਸੈਕੰਡ ਜੁਆਇੰਟ ਦੇ ਵਿੱਚ ਵੀ ਹੁੰਦੀਆਂ ਨੇ ਤਾਂ ਰਾਦਰ ਦਨ ਕਿ ਤੁਸੀਂ ਦੂਸਰੀ ਵਾਰ ਫਿਰ ਜਾ ਕੇ ਆਪਣਾ ਆਪਰੇਸ਼ਨ ਕਰਵਾਓ ਤਾਂ ਡਾਕਟਰ ਹਮੇਸ਼ਾ ਇਹ ਤਰਜੀਹ ਦਿੰਦੇ ਹੈ ਕਿ ਜਿੰਨਾ ਈਜ਼ੀ ਪ੍ਰੋਸੈਸ ਹੋ ਸਕੇ ਉਸ ਨੂੰ ਫੋਲੋ ਕੀਤਾ ਜਾ ਸਕੇ ਲੇਕਿਨ ਗੋਡੇ ਚੇਂਜ ਕਰਾਣਾ ਬਹੁਤ ਦੇਰ ਦੀ ਗੱਲ ਹੈਗੀ ਹੈ ਕਾਫੀ ਦੇਰ ਬਾਅਦ ਜੇ ਤੁਸੀਂ ਸੋਚੋ ਇਹਦੇ ਬਾਰੇ ਤਾਂ ਜ਼ਿਆਦਾ ਬੈਟਰ ਹੋਏਗਾ ਉਸ ਤੋਂ ਪਹਿਲਾਂ ਹਰ ਸੰਭਵ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਜੁਆਇੰਟ ਦੀ ਰਿਪੇਅਰ ਕਰ ਸਕੋ ਔਰ ਐਡਾ ਮੁਸ਼ਕਿਲ ਵੀ ਨਹੀਂ ਹੈ ਕਿ ਆਪਾਂ ਜੁਆਇੰਟ ਦੀ ਰਿਪੇਅਰ ਨਹੀਂ ਕਰ ਸਕਦੇ ਤੇਲ ਤੁਹਾਨੂੰ ਮੈਂ ਦੱਸ ਰਿਹਾ ਵਾਪਸ ਦੁਬਾਰਾ ਦੱਸ ਦੇਣਾ ਕਿ ਤੇਲ ਧੁਨੀ ਦੇ ਵਿੱਚ ਤੁਸੀਂ ਸਵੇਰੇ ਸ਼ਾਮ ਪਾਓਗੇ ਤਾਂ ਅੰਦਰੋਂ ਇੰਟਰਨਲੀ ਲੁਬਰੀਕੇਸ਼ਨ ਵਧਣੀ ਸ਼ੁਰੂ ਹੋਏਗੀ ਤੁਸੀਂ ਜੋਇੰਟਸ ਦੇ ਉੱਪਰ ਤੇਲ ਲਗਾਉਂਗੇ ਪਲੱਸ ਅਰੰਡ ਦੇ ਪੱਤੇ ਬਨੋਗੇ ਅਰੰਡ ਦੇ ਪੱਤੇ ਬਹੁਤ ਇਫੈਕਟਿਵ ਹੈਗੇ ਆ ਅਰੰਡ ਦਾ ਤੇਲ ਵੀ ਅਸੀਂ ਯੂਜ਼ ਕਰ ਰਹੇ ਹੈਗੇ ਆ ਇਹਦੇ ਵਿੱਚ ਜੋ ਤੁਹਾਡੇ ਧੁੰਨੀ ਦੇ ਵਿੱਚ ਪਾਣਾ ਹੈਗਾ ਤਾਂ ਇਹ ਚੀਜ਼ਾਂ ਸਾਰੀਆਂ ਤੁਹਾਡੇ ਜੋਇੰਟਸ ਨੂੰ ਬਾਹਰੋਂ ਰਿਪੇਅਰ ਕਰਨਗੀਆਂ ਤੇ ਜੋ ਤੇਲ ਤੁਸੀਂ ਧੁੰਨੀ ਚ ਪਾਉਂਗੇ ਉਹ ਇੰਟਰਨਲੀ ਰਿਪੇਅਰ ਕਰੇਗਾ ਔਰ ਜੋ ਟੈਬਲੇਟਸ ਤੁਹਾਨੂੰ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਨੇ ਉਹ ਟੈਬਲੇਟਸ ਜਿਹੜੀਆਂ ਉਹ ਬਾਡੀ ਦੇ ਵਿੱਚ ਨਿਊਟ੍ਰੀਸ਼ਨਸ ਵਧਾਨਣਗੀਆਂ ਜੋ ਕਿ ਇਹ ਸਾਈਨੋਵਲ ਫਲੂਇਡ ਨੂੰ ਰਿਕਵਰ ਕਰਨਗੀਆਂ ਹੁਣ ਦੁਆਰਾ ਫਿਰ ਇਸ ਗੱਲ ਨੂੰ ਸੁਣ ਲਓ ਕਿ ਐਕਸਰਸਾਈਜ਼ ਤੋਂ ਬਿਨਾ ਤੇ ਡਾਈਟ ਨੂੰ ਕੰਟਰੋਲ ਇਹ ਤਿੰਨੋਂ ਚੀਜ਼ਾਂ ਨੂੰ ਅਗਰ ਤੁਸੀਂ ਸਾਈਮਲਟੈਨियसਲੀ ਇਕੱਠੇ ਮਿਲ ਕੇ ਕੰਮ ਕਰੋਗੇ ਤਾਂ ਤੁਸੀਂ ਜਲਦੀ ਰਿਕਵਰੀ ਪਾ ਸਕਦੇ ਹੋ अगर ਤੁਸੀਂ ਸੋਚੋ ਕਿ ਲਈ ਮੈਡੀਸਨ ਕੰਮ ਕਰੇਗੀ ਤਾਂ ਪੋਸੀਬਲ ਇਹ ਹੈ ਵੀ ਤਾਂ ਬਹੁਤ ਦੇਰ ਬਾਅਦ ਹੋਏਗਾ ਲੇਕਿਨ ਅਗਰ ਤਿੰਨੋ ਚੀਜ਼ਾਂ ਨੂੰ ਤੁਸੀਂ ਇਕੱਠੇ ਕੰਮ ਕਰੋਗੇ ਲਾਈਕ ਐਕਸਰਸਾਈਜ਼ ਵੀ ਡੇਲੀ ਕਰ ਰਹੇ ਹੋ ਪਲੱਸ ਤੁਸੀਂ ਆਪਣੀ ਡਾਈਟ ਦਾ ਵੀ ਕੰਟਰੋਲ ਕਰ ਰਹੇ ਹੋ ਆਪਣੇ ਭਾਰ ਦਾ ਵੀ ਕੰਟਰੋਲ ਕੀਤਾ ਹੈ ਨਾਲੇ ਮੈਡੀਸਨ ਵੀ ਖਾ ਰਹੇ ਹੋ ਤਾਂ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਤੁਹਾਨੂੰ ਜਿਹੜਾ ਜੋਇੰਟਸ ਦੇ ਪੇਨ ਦੇ ਵਿੱਚੋਂ ਰਾਹਤ ਮਿਲਣੀ ਸਟਾਰਟ ਹੋ ਜਾਏਗੀ ਬਿਲਕੁਲ ਜ਼ਿੰਦਗੀ ਚ ਜਿਉਂਦੇ ਲਈ ਸਾਨੂੰ ਹਮੇਸ਼ਾ ਹਰ ਚੀਜ਼ ਦੀ ਜ਼ਰੂਰਤ ਰਹਿੰਦੀ ਐ ਸਿ ਚਾਹੁੰਦੇ ਆ ਕਿ ਆਪਣੇ ਆਪ ਅਸੀਂ ਹਰ ਜਗ੍ਹਾ ਤੇ ਜਾ ਸਕੀਏ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਪਰ ਇਹੋ ਜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਜੜੀਆਂ ਉਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਇਸ ਲਈ ਤੁਸੀਂ ਬਿਲਕੁਲ ਘਬਰਾਣਾ ਨਹੀਂ ਲਗਾਤਾਰ ਸਕਰੀਨ ਤੇ ਸਾਡੇ ਨੰਬਰ ਨੇ ਜਿਹੜੇ ਉਪਲੇ ਹੋ ਰਹੇ ਨੇ ਤੁਸੀਂ ਉਹਨਾਂ ਨੰਬਰਾਂ ਤੇ ਫੋਨ ਕਰਨਾ ਤੇ ਇਸ ਦਵਾਈ ਨੂੰ इजीली ਤਰੀਕੇ ਦੇ ਨਾਲ ਮੰਗਵਾ ਲੈਣਾ ਤੇ ਵਾਰ-ਵਾਰੀ ਕੋਈ ਗੱਲ ਅਸੀਂ ਦੱਸ ਰਹੀ ਆ ਕਿ ਸੁਸਤੀ ਬਿਲਕੁਲ ਨਹੀਂ ਪਾਣੀ ਐਕਸਰਸਾਈਜ਼ ਜ਼ਰੂਰ ਕਰਨੀ ਹੈ ਤੇ ਨਾਲ ਨਾਲ ਜਿਹੜਾ ਖਾਣ ਪੀਣ ਦਾ ਪਰਹੇਜ਼ ਹੈ ਉਹ ਵੀ ਰੱਖਣਾ ਹੈ ਕਿ ਰਾਜਮਾ ਜਾਂ ਕੋਈ ਆਪਾਂ ਕਹਿ ਦਈਏ ਕਿ ਵਾਸੀ ਕੋਈ ਚੀਜ਼ ਜਾਂ ਚਾਵਲ ਵਗੈਰਾ ਇਹden di cheeza use ਨਹੀਂ ਕਰਨੀ ਹੈ ਪਾਣੀ ਪਤ ਤੋਂ ਵੱਧ ਪੀਣਾ ਤੇ ਜਿਸ ਅਕੋਰਡਿੰਗ ਸਾਨੂੰ ਡਾਕਟਰ ਸਾਹਿਬ ਸਮਝਾ ਰਹੇ ਨੇ ਕਿ ਤੁਸੀਂ ਡਾਈਟ ਚਾਰਟ ਦਾ ਧਿਆਨ ਰੱਖਣਾ ਐਕਸਰਸਾਈਜ਼ ਚਾਰਟ ਦਾ ਧਿਆਨ ਰੱਖਿਆ ਤੇ ਨਾਲ ਨਾਲ ਦਵਾਈ ਕਿਸ ਤਰੀਕੇ ਦੇ ਨਾਲ ਜਿਹੜਾ ਤੇਲ ਹੈ ਉਹ ਤੋਂ ਨਿਚ ਲਾਉਣਾ ਤੇ ਕਿਵੇਂ-ਕਿਵੇਂ ਗੋਡਿਆਂ ਤੇ ਮ사ਜ ਕਰਨੀ ਹੈ ਤੇ ਅਰਿੰਡ ਦੇ ਜਿਹੜੇ ਪੱਤੇ ਨੇ ਉਹ ਕਿਵੇਂ ਯੂਜ਼ ਕਰਦੇ ਨੇ ਤਾਂ ਇਹ ਚੀਜ਼ਾਂ ਸਾਨੂੰ ਈਜ਼ੀਲੀ ਮਿਲ ਜਾਂਦੀਆਂ ਨੇ ਆਮ ਆਪਾਂ ਕਹਦੀਏ ਕਿ ਜੇ ਘਰਾਂ 'ਚ ਵੀ ਆਪਾਂ ਵੈਸੇ ਅੱਜਕੱਲ ਇਦਾਂ ਦੀਆਂ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕਰਤੀਆਂ ਨੇ ਇਹੋ ਜਿਹੇ ਜਿਹੜੇ ਪੌਦੇ ਨੇ ਉਹ ਤੁਸੀਂ ਜ਼ਰੂਰ ਲਾਉਣੇ ਸ਼ੁਰੂ ਕਰੋ ਤੇ ਨਰਸਰੀ 'ਚ ਵੀ ਇਦਾਂ ਦੀਆਂ ਸੀਜ਼ਾਂ ਨੇ ਜੜੀਆਂ ਹੋ ਮਿਲ ਸਕਦੀਆਂ ਨੇ ਪਰ ਬਿਮਾਰੀ ਹੈ ਤਾਂ ਬਿਮਾਰੀ ਦਾ ਇਲਾਜ ਵੀ ਜ਼ਰੂਰ ਹੈ ਤਾਂ ਉਹਦੇ ਲਈ ਪਰਹੇਜ਼ ਹੋਣਾ ਜ਼ਰੂਰੀ ਚਾਹੀਦਾ ਹੀ ਚਾਹੀਦਾ ਤੇ ਡਾਕਟਰ ਸਾਹਿਬ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਖਾਸ ਪਰਹੇਜ਼ ਖਾਸ ਕਰਕੇ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਆਮ ਘਰਾਂ ਦੇ ਵਿੱਚ ਯੂਜ਼ ਕਰਦੇ ਆ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇੱਕ ਗੱਲ ਕਰਾਂਗੀ ਦੇਸੀ ਘਿਓ ਦੀ ਕਿ ਆਮ ਕਰਕੇ ਜਿਹੜੇ ਸਾਨੂੰ ਇਹ ਕਿਹਾ ਜਾਂਦਾ ਕਿ ਦੇਸੀ ਘਿਓ ਜ਼ਿਆਦਾ ਮਾਤਰਾ ਚ ਯੂਜ਼ ਨਹੀਂ ਕਰਨਾ ਚਾਹੀਦਾ ਇਹ ਬਹੁਤ ਖਰਾਬ ਕਰਦਾ ਕਿ ਇਹ ਵਾਕਈ ਖਰਾਬ ਕਰਦਾ ਇਹ ਬਹੁਤ ਵੱਡਾ ਭ੍ਰਮ ਜਿਹੜਾ ਹੈਗਾ ਪੈਦਾ ਕੀਤਾ ਗਿਆ ਹੈ ਕਿ ਦੇਸੀ ਘਿਓ ਖਰਾਬ ਕਰਦਾ ਹੈ ਜਦਕਿ ਦੇਸੀ ਘਿਓ ਨਾ ਖਾਣ ਕਰਕੇ ਬਿਮਾਰੀ ਹੋ ਰਹੀ ਹੈ ਤੁਸੀਂ ਬੋਡੀ ਚਲੂਬ੍ਰਿਕੇਸ਼ਨ ਲੈ ਕੇ ਨਹੀਂ ਜਾ ਰਹੇ ਤੁਸੀਂ ਜਦੋਂ ਇੱਕ ਆਪਣੇ ਦਿਮਾਗ ਲਗਾ ਕੇ ਸੋਚੋਗੇ ਤੁਸੀਂ ਬਾਈਕ ਚਲਾ ਰਹੇ ਹੋ ਕਾਰ ਚਲਾ ਰਹੇ ਹੋ ਕਿ ਕੱਲਾ ਪੈਟਰੋਲ ਜਾਂ ਡੀਜ਼ਲ ਉਹ ਚ ਪਵਾ ਕੇ ਚਲਾਣੇ ਹੋ ਕਿ ਲੁਬ੍ਰਿਕੇਸ਼ਨ ਤੁਸੀਂ ਉਹਦੇ ਵਿੱਚ ਨਹੀਂ ਪਵਾਉਂਦੇ ਅਗਰ ਬਿਨਾਂ ਲੁਬ੍ਰਿਕੇਸ਼ਨ ਤੋਂ ਤੁਸੀਂ ਆਪਣੀ ਗੱਡੀ ਨਹੀਂ ਚਲਾ ਸਕਦੇ ਤਾਂ ਬੋਡੀ ਕਿਦਾਂ ਚਲਾਓਗੇ ਤੇ ਦੇਸੀ ਕੀ ਜ਼ਰੂਰਤ ਹੈ ਲੇਕਿਨ ਦੇਸੀ ਕੀ ਗਾਂਦਾ ਹੋਵੇ ਔਰ ਵਧੀਆ ਹੋਵੇ ਇਹ ਜਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਰਿਫਾਈਨਡ ਜਿਹੜਾ ਉਹ ਜਿਆਦਾ ਖੁਸ਼ਕੀ ਪੈਦਾ ਕਰਦਾ ਹੈਗਾ ਇਸ ਲਈ ਬੈਟਰ ਹੈਗਾ ਦੇਸੀ ਕੀ ਦਿਨ ਦੇ ਵਿੱਚ ਦੋ ਚਮਚੇ ਅਗਰ ਤੁਸੀਂ ਖਾ ਲੈਂਦੇ ਹੋ ਤਾਂ ਉਹਦਾ ਕੋਈ ਵੀ ਨੁਕਸਾਨ ਨਹੀਂ ਹੈ ਔਰ ਦੂਜੀ ਗੱਲ ਇਹ ਵੀ ਧਿਆਨ ਰੱਖੋ ਕਿ ਕੋਈ ਵੀ ਤੇਲ ਕੋਈ ਵੀ ਕੀ ਨੁਕਸਾਨ ਜਿਆਦਾ ਉਦੋਂ ਕਰਦਾ ਜਦੋਂ ਅਸੀਂ ਉਹਨੂੰ ਬਾਰ-ਬਾਰ ਬਾਰ-ਬਾਰ ਗਰਮ ਕਰਕੇ ਸੈਚੂਰੇਟ ਕਰ ਦਿੰਨੇ ਆ ਹੈਵੀ ਕਰ ਦਿੰਨੇ ਆ ਫਿਰ ਉਹ ਸਾਡੀ ਬਾਡੀ ਦੇ ਵਿੱਚ ਦਿੱਕਤ ਦੇਣੀ ਜਿਆਦਾ ਸ਼ੁਰੂ ਕਰਦਾ ਹੈਗਾ ਅਗਰ ਦੇਸੀ ਘੀ ਨਾਲ ਤੁਸੀਂ ਰੋਟੀ ਚੋਪੜ ਕੇ ਖਾ ਰਹੇ ਹੋ ਜਾਂ ਸਬਜ਼ੀ ਦੇ ਵਿੱਚ ਅੱਧਾ ਪਾਉਣਾ ਚਮਚਾ ਘੀ ਦਾ ਪਾ ਕੇ ਖਾ ਰਹੇ ਹੋ ਤਾਂ ਕਦੇ ਵੀ ਨੁਕਸਾਨ ਨਹੀਂ ਕਰੇਗਾ ਬਸ ਘੀ ਜਿਹੜੀ ਕੁਆਲਿਟੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਘੀ ਹੈ ਠੀਕ ਹੈ ਦੂਸਰੀ ਗੱਲ ਡਾਈਟ ਦੀ ਗੱਲ ਕਰ ਰਹੇ ਹਾਂ ਡਾਈਟ ਮੈਂ ਅਗੇਨ ਤੁਹਾਨੂੰ ਦੱਸ ਰਿਹਾ ਸਾਡੇ ਬਜ਼ੁਰਗਾਂ ਨੂੰ ਸਾਡੇ ਮਾਤਾ ਪਿਓਾਂ ਨੂੰ ਸਭ ਨੂੰ ਪਤਾ ਹੈ ਕਿ ਕਿਹੜੀ ਚੀਜ਼ ਨਾਲ ਬਾਏ ਵਾਦੀ ਹੈ ਮਾਂ ਦੀ ਦਾਲ ਹੋਈ ਇਸੇ ਲਈ ਤੁਸੀਂ ਦੇਖੋ ਮਾਂ ਦੀ ਦਾਲ ਦੇ ਵਿੱਚ ਹਮੇਸ਼ਾ ਪੁਰਾਣੇ ਟਾਈਮ ਦੱਸਿਆ ਜਾਂਦਾ ਸੀ ਹਿੰਗ ਪਾਓ ਜੀ ਉਹਦੇ ਵਿੱਚ ਕੀ ਪਾ ਕੇ ਖਾਓ ਸੋ ਥੈਟ ਕਿ ਬਾਤ ਜਿਹੜੀ ਆ ਉਹ ਉਹਦਾ ਅਸਰ ਘਟਾਇਆ ਜਾ ਸਕੇ ਜੀ ਮਤਲਬ ਤੁਹਾਨੂੰ ਮੈਂ ਇੱਥੇ ਰੋਕਣਾ ਚਾਹਾਂਗੀ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਹਿਲਾਂ ਦਾਲਾਂ ਆਪਾਂ ਘਰਾਂ ਦੇ ਵਿੱਚ ਹਾਰੇ ਹੁੰਦੇ ਸੀਗੇ ਜਾਂ ਚੁੱਲ੍ਹਿਆਂ ਤੇ ਪਕਤਦੀਆਂ ਸੀ ਹੈਨਾ ਕਾਫੀ-ਕਾਫੀ ਇੱਕ ਦਾਲ ਨੂੰ ਬਣਾਉਣ ਲਈ ਪਾਉਂਦੇ ਰਹਿਣਾ ਤਾਂ ਉਹਦਾਂ ਲਈ ਹੌਲੀ 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 ਰਿਜੀ ਜਾਣਾ ਪਰ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ਾਂ ਹਟ ਗਈਆਂ ਨੇ ਗੈਸ ਆ ਗਏ ਨੇ ਕੁੱਕਰ ਆ ਗਏ ਨੇ ਤਾਂ ਜਿਹੜੀ ਦਾਲ ਨੂੰ ਰਿਜਣ ਲਈ ਪੱਕਣ ਲਈ ਸਾਨੂੰ 3 ਤੋਂ 4 ਘੰਟੇ ਲੱਗ ਜਾਂਦੇ ਸੀ ਉਹ ਸਾਡੀ 15-20 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਮੇਨ ਕਾਰਨ ਇਹ ਵੀ ਆ ਕਿ ਜਿਹੜਾ ਬੱਦ ਬੈ ਵਗੈਰਾ ਨੂੰ ਵਧਾਉਂਦਾ ਹੈ ਦੇਖੋ ਤੁਸੀਂ ਇਹ ਦਾਲਾਂ ਦੀ ਗੱਲ ਕੀਤੀ ਹੈ ਹਾਲਾਂਕਿ ਮੈਂ ਕੋਈ ਸ਼ੈਫ ਤਾਂ ਨਹੀਂ ਹਾਂ ਪਰ ਮੈਂ ਸਟੱਡੀ ਇਹ ਕਰ ਰਿਹਾ ਹੈਗਾ ਕਿ ਜਿਹੜੀਆਂ ਦਾਲਾਂ ਜਿਵੇਂ ਤੁਸੀਂ ਪੁਰਾਣੇ ਟਾਈਮ ਦੀ ਕਹਿ ਰਹੇ ਹੋ ਹਾਰਾ ਹੁੰਦਾ ਸੀ ਜਾਂ ਚੁੱਲ੍ਹੇ ਤੇ ਬਣਾਈ ਜਾਂਦੀ ਸੀ ਤੇ ਬਰਤਨ ਵੀ ਸਿਲਵਰ ਦੇ ਨਹੀਂ ਹੁੰਦੇ ਸੀ ਤੇ ਨਾਲ ਦੀ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਮਾਤਾ ਜਾਂ ਭੈਣ ਜੋ ਪੁਰਾਣੇ ਟਾਈਮ ਤੇ ਦਾਲ ਬਣਾਉਂਦੀ ਸੀ ਉਹ ਦਾਲ ਦੇ ਉੱਪਰ ਇੱਕ ਫੋਮ ਝੱਗ ਜੀ ਆਂਦੀ ਰਹਿੰਦੀ ਸੀ ਉਹ ਉਤਾਰਦੇ ਰਹਿੰਦੇ ਸੀ ਤੇ ਆਫਟਰ ਸਰਟਨ ਟਾਈਮ ਉਹਨੂੰ ਟਕਿਆ ਜਾਂਦਾ ਸੀ ਤੇ ਉਹ ਜਿਹੜੀ ਸੀਗੀ ਉਹ ਟੌਕਸਿਨਸ ਹੁੰਦੇ ਸੀ ਉਹ ਦਾਲ ਦੇ ਵਿੱਚੋਂ ਨਿਕਲ ਜਾਂਦੇ ਸੀ ਲੇਕਿਨ ਅੱਜ ਦੀ ਗੜੀ ਉਹ ਕੁੱਕਰ ਦੇ ਵਿੱਚ ਹੀ ਘੁੰਮਦੇ ਰਹਿੰਦੇ ਹੈਗੇ ਤੇ ਉਹ ਫਿਰ ਸਾਡੇ ਸਰੀਰ 'ਚ ਜਾ ਕੇ ਬਾਤ ਬਣਾਉਂਦੇ ਹੈਗੇ ਔਰ ਉਸ ਤੋਂ ਵੀ ਇਲਾਵਾ ਕੀ ਹੋ ਰਿਹਾ ਹੈ ਕਿ ਅਸੀਂ ਜੰਕ ਫੂਡ ਬਹੁਤ ਖਾ ਰਹੇ ਹਾਂ ਅਸੀਂ ਮੈਦਾ ਬਹੁਤ ਖਾ ਰਹੇ ਹਾਂ ਤਾਂ ਪਲੀਜ਼ ਅਗਰ ਕੋਈ ਵੀ ਬੰਦਾ ਇਸ ਤੀਜ ਤੋਂ ਪ੍ਰੋਬਲਮ ਚ ਹੈਗਾ ਜਿਨ੍ਹਾਂ ਦੇ ਜੋਇੰਟ ਪੇਨਸ ਹੈਗੀਆਂ ਉਹਨਾਂ ਨੂੰ ਫਾਈਬਰ ਜੁਕਤ ਅਨਾਜ ਜ਼ਿਆਦਾ ਖਾਣਾ ਚਾਹੀਦਾ ਜਿਸ ਦੇ ਨਾਲ ਉਹਨਾਂ ਦਾ ਪੇਟ ਵੀ ਜ਼ਿਆਦਾ ਸਾਫ਼ ਹੋਵੇ ਨਿਊਟ੍ਰੀਸ਼ਨਸ ਵੀ ਬੋਡੀ ਜ਼ਿਆਦਾ ਐਬਜ਼ਾਰਬ ਹੋਣ ਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਾਇ ਵਾਲੇ ਜਾਂ ਬਾਇਵਾਦੀ ਵਾਲੇ ਜਿਹੜਾ ਖਾਣਾ ਹੈਗਾ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈਗਾ ਪ੍ਰੋਪਰ ਐਕਸਰਸਾਈਜ਼ ਪ੍ਰੋਪਰ ਡਾਈਟ ਐਂਡ ਪ੍ਰੋਪਰ ਮੈਡੀਸਨ ਅਗਰ ਤੁਸੀਂ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਚੱਲਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਵਧੀਆ ਪੋਜੀਸ਼ਨ 'ਚ ਬਹੁਤ ਜਲਦੀ ਆਪਣੇ ਆਪ ਨੂੰ ਪਾਉਂਗੇ ਤੁਸੀਂ ਜੀ ਹੁਣ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਬਿਮਾਰੀ ਨੂੰ ਲੈ ਕੇ ਬਿਲਕੁਲ ਘਬਰਾਉਣਾ ਨਹੀਂ ਜ਼ਿਆਦਾ ਤੁਹਾਨੂੰ ਇੱਧਰ ਉੱਧਰ ਫਿਰਨ ਦੀ ਜ਼ਰੂਰਤ ਨਹੀਂ ਹੈ ਇੱਕ ਵਾਰ ਤੁਸੀਂ ਵਿਸ਼ਵਾਸ ਕਰੋ ਕਾਲ ਕਰੋ ਤੇ ਇਸ ਦਵਾਈ ਨੂੰ ਵਰਤ ਕੇ ਜ਼ਰੂਰ ਦੇਖੋ ਕਿ ਕਿੰਨਾ ਅਸਰ ਪਾਉਂਦੀ ਹੈ ਕਿਉਂਕਿ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਸੋ ਜਾਂਦੇ ਜਾਂਦੇ ਡਾਕਟਰ ਸਾਹਿਬ ਸਾਡੇ ਜਿਹੜੇ ਪੇਸ਼ੈਂਟ ਵੀ ਕਹਿ ਲਈਏ ਸਾਡੇ ਵੀਰ ਭੈਣ ਜਿਹੜੇ ਸਾਨੂੰ ਦੇਖ ਰਹੇ ਨੇ ਸਕਰੀਨ ਤੇ ਤੇ ਉਹਨਾਂ ਲਈ ਤੁਸੀਂ ਕੀ ਸੁਝਾਅ ਦੇਣਾ ਚਾਹੋ ਸਰ ਮੈਂ ਫੇਰ ਇੱਕ ਵਾਰ ਤੋਂ ਸੁਝਾਅ ਉਹੀ ਦੇਵਾਂਗਾ ਹੈਲਦੀ ਲਾਈਫ ਜਿਹੜੀ ਹੈਗੀ ਇਹ ਬਹੁਤ ਇੰਪੋਰਟੈਂਟ ਹੈ ਔਰ ਜੋ ਨੈਚੁਰਲ ਸਾਡੇ ਗੋਡ ਗਿਫਟਡ ਸਾਡੇ ਬਾਡੀ ਪਾਰਟਸ ਹੈ ਉਹੀ ਵਧੀਆ ਕੰਮ ਕਰਦੇ ਰਹਿਣ ਅਸੀਂ ਕਿਸੇ ਤੇ ਡਿਪੈਂਡੈਂਟ ਨਾ ਹੋਈਏ ਜਦੋਂ ਸਾਡੇ ਗੋਡੇ ਜੁੜ ਜਾਂਦੇ ਆ ਜਾਂ इवन ਚੇਂਜ ਵੀ ਹੋ ਜਾਂਦੇ ਫਿਰ ਵੀ ਅਸੀਂ ਡਿਪੈਂਡੈਂਟ ਹੋ ਜਾਂਦੇ ਅਸੀਂ ਬਹੁਤ ਸਾਰੇ ਮੂਵਮੈਂਟ ਸਾਡੀਆਂ ਰਿਸਟ੍ਰੈਕਟ ਹੋ ਜਾਂਦੀਆਂ ਹੈਗੀਆਂ ਤਾਂ ਤੁਸੀਂ ਆਪਣਾ ਖਿਆਲ ਰੱਖੋ ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਹੋਈ ਹੈ ਉਹ ਪ੍ਰੋਪਰ ਐਕਸਰਸਾਈਜ਼ ਦਾ ਕਰਦੇ ਰਹੇ ਡਾਈਟ ਪ੍ਰੋਪਰ ਲੈਣ ਔਰ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਗਈ ਹੈ ਉਹ ਇਹ ਮੈਡੀਸਿਨ ਮੰਗਵਾ ਕੇ ਆਪਣੇ ਆਪ ਨੂੰ ਸਖਤ ਪੋਜੀਸ਼ਨ ਦੇ ਵਿੱਚ ਲੈ ਕੇ ਆਣ ਤੇ ਆਪਣੇ ਗੋਡਿਆਂ ਦੀ ਆਪਣੇ ਜੋਇੰਟਸ ਦੀ ਰਿਪੇਅਰ ਕਰਨ ਤੇ ਮੈਂ ਬਾਰ-ਬਾਰ ਇੱਕੋ ਹੀ ਗੱਲ ਨੂੰ ਬਾਰ-ਬਾਰ ਕਹਿ ਰਿਹਾ ਕਿ ਇਹ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਤੁਹਾਨੂੰ ਠੀਕ ਕਰ ਸਕਦਾ ਕੱਲੀ ਚੀਜ਼ ਤੁਹਾਨੂੰ ਠੀਕ ਨਹੀਂ ਕਰ ਸਕੇਗੀ ਤਾ ਮੇਰੀ ਅਰਜ਼ ਹੈ ਮੇਰੀ ਤੁਹਾਡੇ ਸਾਰੇ ਸਾਹਮਣੇ ਰਿਕੁਐਸਟ ਹੈਗੀ ਹੈ ਕਿ ਕਿਰਪਾ ਕਰਕੇ ਜਦੋਂ ਵੀ ਤੁਸੀਂ ਦਵਾਈ ਮੰਗਾਓ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਡਾਈਟ ਚਾਰਟ ਤਾਂ ਨਹੀਂ ਕਹਿੰਦਾ ਮੈਂ ਪਰ ਜਿਹੜਾ ਐਕਸਰਸਾਈਜ਼ ਚਾਰਟ ਜਿਹੜਾ ਹੈਗਾ ਉਹਦੇ ਵਿੱਚ ਜ਼ਰੂਰ ਹੋਏਗਾ ਡੂਸ ਤੇ ਡੋਂਟਸ ਦੀ ਵੀ ਉਹਦੇ ਵਿੱਚ ਲਿਖਿਆ ਹੋਏਗਾ ਕਿ ਤੁਸੀਂ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ ਤਾਂ ਸਾਰੀਆਂ ਗੱਲਾਂ ਨੂੰ ਧਿਆਨ ਰੱਖੋ ਚਾਰਟ ਆਪਣਾ ਸੰਭਾਲ ਕੇ ਰੱਖੋ ਉਹਦੇ ਵਿੱਚ 20-25 ਤਰ੍ਹਾਂ ਦੀ ਐਕਸਰਸਾਈਜ਼ ਦਾ ਜ਼ਿਕਰ ਕੀਤਾ ਗਿਆ ਉਹਦੇ ਵਿੱਚੋਂ 5 ਐਕਸਰਸਾਈਜ਼ 7 ਐਕਸ ਜਿੰਨੀਆਂ ਵੀ ਤੁਸੀਂ ਈਜ਼ੀਲੀ ਕਰ ਸਕੋ ਔਰ ਸਾਈਕਲ ਜ਼ਰੂਰ ਚਲਾਓ ਸਾਈਕਲ ਨਾਲੇ ਜੋੜ ਬਹੁਤ ਜਲਦੀ ਖੁੱਲਦਾ ਹੈ ਜਿੰਨੀ ਜਲਦੀ ਇਹ ਜੋੜ ਖੁੱਲੀ ਜਾਏਗਾ ਉਨੀ ਜਲਦੀ ਇਹ ਮੈਡੀਸਨ ਜਿਹੜੀਆਂ ਆਉਣ ਜਿਹੜਾ ਉਹ ਕੰਮ ਤੁਹਾਡੇ ਤੇ ਇਫੈਕਟਿਵਲੀ ਕਰਦੇ ਰਹਿਣਗੇ ਅਗਰ ਤੁਸੀਂ ਜੋੜ ਨਹੀਂ ਖੋਲਿਆ ਤਾਂ ਫਿਰ ਉਹ ਫਲੂਇਡ ਵਧੇਗਾ ਤਾਂ ਸਹੀ ਪਰ ਇਸ ਜੋਇੰਟ ਨੂੰ ਬਹੁਤ ਅੱਛਾ ਰਿਪੇਅਰ ਨਹੀਂ ਕਰੇਗਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਥੈਂਕ ਯੂ ਜੀ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੇਖਿਆ ਕਿ ਸਾਡੇ ਜਿਹੜੇ ਗੋਡੇ ਨੇ ਸਾਡੇ ਜਿਹੜੇ ਜੋਇੰਟ ਨੇ ਜਿਹੜੇ ਕਿ ਜਮ ਹੋ ਗਏ ਨੇ ਉਹਨਾਂ ਨੂੰ ਅਸੀਂ ਖੋਲਣਾ ਜ਼ਰੂਰ ਹੈ ਕਿਉਂਕਿ ਅਸੀਂ ਆਪਣੇ ਬਲਬੂਤੇ ਤੇ ਜ਼ਿੰਦਗੀ ਅਜੜੀ ਉਚਾਈ ਹੋਣੀ ਹੈ ਕਿਉਂਕਿ ਕਿਸੇ ਦੇ ਡਿਪੈਂਡ ਹੋ ਕੇ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਸੌਖਾ ਨਹੀਂ ਹੁੰਦਾ ਇਸ ਲਈ ਅਸੀਂ ਆਪਣੇ ਆਪ ਆਪਣਾ ਜਿਹੜਾ ਜੀਵਨ ਹੈ ਸੁੱਖਾਂ ਲਈ ਢਾਂਗ ਦੇਣਾ ਚਾਹੀਦਾ ਸੋ ਤੁਹਾਨੂੰ ਐਕਸਰਸਾਈਜ਼ ਦੀ ਲੋੜ ਹੈ ਤੁਹਾਨੂੰ ਦਵਾਈ ਦੀ ਜ਼ਰੂਰਤ ਹੈ ਸੋ ਤੁਸੀਂ ਕਾਲ ਕਰਨੀ ਹੈ ਜੀ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰਾਂ ਤੇ ਈਜ਼ੀਲੀ ਤੁਹਾਨੂੰ ਦਵਾਈ ਅਸੀਂ ਪ੍ਰੋਵਾਈਡ ਕਰਵਾਵਾਂਗੇ ਤੇ ਨਾਲ ਨਾਲ ਤੁਹਾਨੂੰ ਵਾਰ-ਵਾਰ ਦੱਸ ਰਹੀ ਆ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਵਧੀਆ ਤਰੀਕੇ ਦੇ ਨਾਲ ਫੋਲੋ ਕਰਨਾ ਜੇਕਰ ਤੁਸੀਂ ਛੇਤੀ ਤੋਂ ਛੇਤੀ ਇਸ ਬਿਮਾਰੀ ਤੋਂ ਆਪਣਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਤੁਹਾਨੂੰ ਕਿਸੇ ਹੋਰ ਡਾਕਟਰ ਕੋਲ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਤਾਂ ਇੱਕ ਵਾਰ ਤੁਸੀਂ ਇਹ ਦਵਾਈ ਨੂੰ ਜ਼ਰੂਰ ਵਰਤ ਕੇ ਦੇਖੋ ਤਾਂਤ ਵਾਕਿਆ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਬਦਲਾਅ ਹੈ ਉਹ ਜ਼ਰੂਰ ਆਏਗਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਮਿਲਾਂਗੇ ਆਪਾਂ ਕਿਸੇ ਹੋਰ ਦਿਨ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਸੋ ਤਦ ਤੱਕ ਲਈ ਮੈਨੂੰ ਯਾਨੀ ਕਿ ਨਵਦੀਪ ਤਾਲੀਵਾਲ ਨੂੰ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ